ਜੈ ਹਿੰਦ ਸਰ। ਜੈ ਹਿੰਦ ਬੇਟਾ, ਕੀ ਹਾਲ ਚਾਲ? ਸਰ ਓਕੇ ਰਿਪੋਰਟ ਸਰ, ਅਨੰਤ ਤੋਂ ਯਾਦ ਆਇਆ। ਅਨੰਤ ਅਨੰਤ ਨੂੰ ਛੱਡ, ਪਹਿਲੇ ਅੱਜ ਉਹ ਨੰਬਰ ਨਹੀਂ ਬੋਲਿਆ। ਹਾਂਜੀ ਸਰ, ਜਿਹੜਾ ਤੁਹਾਨੂੰ ਅਜੇ ਅਲਾਊਟ ਵੀ ਨਹੀਂ ਹੋਇਆ। PBJD 14213 ਹਾਜ਼ਰ ਸ਼ਰਮਾਨ। PBJD 14213 213। ਹਾਂਜੀ, ਤੇ ਅੱਛਾ ਮੈਨੂੰ ਇਹ ਦੱਸੋ ਕਿ ਇਹ JD ਦਾ ਕੀ ਮਤਲਬ ਹੈ? ਜੂਨੀਅਰ ਡਿਵੀਜ਼ਨ ਸਰ। ਜੂਨੀਅਰ ਡਿਵੀਜ਼ਨ, ਹਾਂਜੀ ਸਰ। ਤੇ PB? ਪੰਜਾਬ। ਤੇ B ਦਾ? ਪੰਜਾਬ ਸਰ। PB ਸਰ, ਭਾਬੀ। ਭਾਬੀ ਕਿਹੜੀ? ਭਾਬੀ ਜੀ ਰਹੇ ਵਾਲੀ। ਹਾਂਜੀ ਸਰ, ਫਿਰ ਪਿਤਾ ਨੂੰ ਮੈਂ ਦੱਸਦੀ ਤੇ ਬਈ PB ਤੋਂ ਪੰਜਾਬੀ ਹੁੰਦਾ ਸਰ। ਉਹ ਪੰਜਾਬੀ ਤੋਂ ਨਹੀਂ ਹੁੰਦਾ? ਹਾਂਜੀ ਸਰ। PB ਦਾ ਮਤਲਬ ਹੁੰਦਾ ਹੋਰ ਬਈ, PB ਹੋਰ ਪੀ। ਹਾਂ ਪੀ ਬਈ। ਹਾਂ ਪੀ ਬਈ, ਉਹ PB ਹੁੰਦਾ। ਤੇ 08 ਸਰ? 0 ਹੈ PB 08। ਹਾਂ 08 ਦਾ ਮਤਲਬ ਇਹ ਤੇ ਮੈਂ ਜਲੰਧਰ ਪਹੁੰਚ ਗਈ ਸਰ, ਜਲੰਧਰ ਦਾ ਨੰਬਰ ਹੁੰਦਾ ਸਰ ਇਹ PB 08। ਹਾਂਜੀ ਸਰ। ਤੇ ਫਿਰ ਬੇਟਾ ਜਿਹੜਾ ਤੂੰ ਨੰਬਰ ਬੋਲਨੀ ਉਹ ਵੀ ਕਿਸੇ ਟਰਾਲੇ ਦਾ ਹੀ ਹੈ? ਉਹ ਵੀ ਤੇਰਾ ਆਪਣਾ ਨੰਬਰ ਤੇ ਨਹੀਂ ਹੈਗਾ? ਨਹੀਂ ਮੇਰਾ ਸਰ, ਮੈਨੂੰ ਆਪਣਾ ਵੱਖਰਾ ਹੈ, 14213 ਇਹਦਾ ਗੱਡੀ ਦਾ ਨਹੀਂ ਹੁੰਦਾ, ਟਰਾਲੇ ਦਾ ਵੀ ਨਹੀਂ ਹੁੰਦਾ ਸਰ, ਮੇਰੇ ਦੀਆਂ ਜਿਪਸੀਆਂ ਦਾ ਹੁੰਦਾ ਸਰ। ਅੱਛਾ, ਹਾਂਜੀ ਤੂੰ ਜਿਪਸੀ ਹੈ? ਹਾਂ ਸਰ, ਵਧੀਆ ਹੁੰਦੀਆਂ ਨੇ ਦੇਖਣ ਨੂੰ ਜਿਪਸੀ, ਮਤਲਬ ਕਿ ਨਵੀਂ ਸੋਹਣੀ ਹੈ, ਮੇਰੇ ਕਹਿਣ ਦਾ ਮਤਲਬ ਇਹ ਸੀ ਸਰ। ਜਿਪਸੀ ਦੀ ਸਟੀਅਰਿੰਗ ਕਰਕੇ ਮੂੰਹ ਤੇ ਤੂੰ ਜਿਪਸੀ ਹੈ? ਸਟੀਅਰਿੰਗ ਸਰ ਘੁੰਮਦੀ ਤਾਂ ਹੈਗੀ ਹੈ ਨਾ। ਲੈ ਆ, ਤਾਂਹੀਓ ਤਾਂ ਤੂੰ ਜਗ੍ਹਾ ਜਗ੍ਹਾ ਘੁੰਮਣ ਲੱਗ ਜਾਂਦੀ ਹੈ ਤੇ। ਹਾਂ ਸਰ, ਮੈਂ ਤੁਹਾਨੂੰ ਦੱਸਾਂ 1,00,000 ਰੁਪਏ ਦਾ ਸਵਾਲ ਹੈ ਸਰ। ਹਾਂ, ਕੌਣ ਕਹਿਤਾ ਹੈ ਕਿ ਮੌਤ ਆਏਗੀ ਤੋਂ ਮੈਂ ਮਰ ਜਾਊਂਗਾ? ਮਰ ਜਾ ਕੌਣ ਕਹਿੰਦਾ? ਕੌਣ ਕਹਿਤਾ ਹੈ ਮੌਤ ਆਈ ਤੋਂ ਮਰ ਜਾਊਂਗਾ? ਪੁੱਤਰ ਮੇਰੇ ਨੂੰ ਉਹਦੇ ਉੱਤੋਂ ਨਾ ਪੈਸਾ ਵਾਰ ਕੇ ਸੁੱਟ ਦੇ, ਜਿਹੜੇ ਬੰਦੇ ਨੇ ਤੈਨੂੰ ਇਹ ਗੱਲ ਕਹੀ। ਮਾਰੀ ਮਾਸੀ ਕਾ ਮੁੰਡਾ ਕਹਿਤਾ ਹੈ। ਕੌਣ ਕਹਿਤਾ ਹੈ ਕਿ ਮੌਤ ਆਈ ਮੈਂ ਮਰ ਜਾਊਂਗਾ? ਮੈਂ ਤੋਂ ਦਰਿਆ ਹੂੰ ਸਮੁੰਦਰ ਮੇ ਚਲਾ ਜਾਊਂਗਾ। ਹਾਏ ਹਾਏ ਹਾਏ, ਕੌਣ ਕਹਿਤਾ ਹੈ ਕਿ ਤੂੰ ਮਰ ਜਾਏਗਾ? ਤੂੰ ਤਾਂ ਗੰਦ ਹੈ, ਕਿਸੇ ਨਾਲੀ ਮੇ ਤਾਂ ਰੁੜੀ ਜਾਏਗਾ, ਇੰਨਾ ਕੁ ਤਾਂ ਫਰਕ ਪਏਗਾ। ਆਹੋ ਹਾਂ ਲਓ ਜੀ, ਨਾਲੀ 'ਚ ਤਰਦੇ ਹੋਏ ਜੂਸ ਦਾ ਡੱਬੇ ਵਰਗਾ ਮੂੰਹ ਹੈ ਤੇਰਾ। ਹੈਲੋ, ਕਿਹੜੇ ਫਲੇਵਰ ਜੀ? ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਕੌਣ ਬੋਲ ਰਹੇ ਹੋ ਜੀ? ਮੇਰਾ ਨਾਮ ਹੈ ਮਨਵੀਨ ਕੋਖਾਨਾ, ਮੈਂ ਲੰਡਨ ਸੇ ਬੋਲ ਰਹੀ ਹੂੰ। ਮਨਵੀਨ ਜੀ, ਕਿਆ ਹਾਲ ਚਾਲ ਹੈ ਆਪਕੇ? ਬਸ ਠੀਕ, ਆਪ ਕੈਸੇ ਹੋ? ਮੈਂ ਬਹੁਤ ਜ਼ਿਆਦਾ ਸਮਾਰਟ ਹੂੰ, ਹੈਂਡਸਮ, ਮਤਲਬ ਗਾਂ ਦੀ ਗੱਲ ਬਾਤ। ਇੱਧਰ ਵੀ ਕਹਿ ਸਰ ਨਹੀਂ ਹੈਂ, ਉਹ ਕੱਢਣ ਵਾਲੀ ਆਪਕਾ ਸ਼ੋ ਬੜਾ ਐਂਟਰਟੇਨਿੰਗ ਹੈ, ਮੇਰੀ ਨਾਨੀ ਨਾਨੀ ਕੋ ਬਹੁਤ ਅੱਛਾ ਲੱਗਤਾ ਹੈ। ਅੱਛਾ ਅੱਛਾ ਅੱਛਾ, ਤੋ ਆਪ ਪੰਜਾਬੀ ਨਹੀਂ ਜਾਣਦੇ? ਪੰਜਾਬੀ ਮੇਂ ਬਾਤ ਕਰ ਲੈਤੇ ਹੈਂ ਆਪ? ਹਾਂ ਹਾਂ, ਕਰ ਲੈਤੇ ਹੈਂ। ਤੋ ਕੀਜੀਏ ਨਾ, ਪੰਜਾਬੀ ਮੇਂ ਥੋੜਾ ਬਾਤ ਕੀਜੀਏ ਨਾ। ਲੰਡਨ? ਠੀਕ ਹੈ, ਮੈਂ ਬੋਲਨੀ ਆ। ਲੰਡਨ ਚ ਕਿਹੜੀ ਜਗ੍ਹਾ ਰਹਿੰਦੇ ਹੋ ਤੁਸੀਂ? ਸਾਊਥ ਹਾਲ। ਸਾਊਥ ਹਾਲ ਦੇ ਵਿੱਚ? ਨਾਰਥ ਹਾਲ ਕੀ ਮਤਲਬ, ਉਧਰ ਕੰਮ ਚੱਲਦਾ ਪਿਆ? ਹਾਂ। ਅੱਛਾ ਅੱਛਾ ਅੱਛਾ, ਮੈਨੂੰ ਲੱਗਾ ਸ਼ਾਇਦ ਉਧਰ ਲੈਂਟਰ ਸ਼ਾਇਦ ਪੈਣ ਵਾਲਾ ਤੇ ਤਾਂ ਨਹੀਂ ਉਧਰ ਜਾਂਦੇ। ਚਲੋ ਸਾਊਥ ਹਾਲ ਵੀ ਚੰਗਾ ਹਾਲ, ਵੱਡਾ ਹੋਣਾ ਚਾਹੀਦਾ, ਚਲੋ ਪਰਿਵਾਰ ਰਾਤ ਜਾਂਦਾ ਉਹਦੇ ਵਿੱਚ। ਅੱਛਾ, ਜਿਹੜੀਆਂ ਮੈਂ ਪੰਜਾਬੀ 'ਚ ਗੱਲਾਂ ਕਰਨਾ ਤੇਜ਼ ਤੇਜ਼, ਇਹ ਤੁਹਾਨੂੰ ਸਮਝ ਆ ਜਾਂਦੀ, ਨਾਨੀ ਨਾਨੀ ਨੂੰ ਤਾਂ ਸਮਝ ਆਉਂਦੀਆਂ ਹੋਣਗੀਆਂ, ਤਾਂ ਹੀ ਤਾਂ ਉਹ ਇੰਨਾ ਮਤਲਬ ਉਹ ਕਰਦੇ ਨੇ, ਪਸੰਦ ਕਰਦੇ ਨੇ ਸ਼ੋ, ਤੁਹਾਨੂੰ ਆ ਜਾਂਦੀ ਹੈ? ਹਾਂ ਚਲੋ, ਪੰਜਾਬੀ ਬੋਲਤੀ ਹੂੰ। ਹਾਂ, ਇਹ ਆਪਨੇ ਪੰਜਾਬੀ ਮੇਂ ਬਤਾਇਆ ਮੈਂ ਕਿ ਆਪ ਪੰਜਾਬੀ ਬੋਲਤੇ ਹੈ, ਇਹ ਅੱਛਾ ਕੀ ਆਪਨੇ। ਹਾਂਜੀ, ਮੈਨੇ ਕਹਾ ਇਹ ਅੱਛਾ ਕੀ ਆਪਨੇ ਜੋ ਪੰਜਾਬੀ ਮੇਂ ਮੈਂ ਬਤਾ ਦਿਆ ਕਿ ਮੈਂ ਪੰਜਾਬੀ ਬੋਲਤੀ ਹੂੰ, ਇਹ ਅੱਛਾ। ਮੈਂ ਪੰਜਾਬੀ ਬੋਲਤੀ ਹਾਂ। ਮੈਂ ਪੰਜਾਬੀ ਬੋਲਦੀ ਹਾਂ। ਚਲੋ ਜੀ, ਬੜਾ ਅੱਛਾ ਲੱਗਾ ਆਪਨੇ, ਤੁਹਾਡੇ ਜਿਹੜੇ ਨਾਨਾ ਨਾਨੀ ਜੀ ਆ ਉਹਨਾਂ ਨੂੰ ਸਾਡੇ ਵੱਲੋਂ ਸਾਰਿਆਂ ਵੱਲੋਂ ਸਤਿ ਸ਼੍ਰੀ ਅਕਾਲ, ਪ੍ਰਣਾਮ, ਤੇ ਪਰਮਾਤਮਾ ਉਹਨਾਂ ਦੀ ਸਿਹਤ ਤੰਦਰੁਸਤ ਰੱਖੇ ਔਰ ਉਹਨਾਂ ਨੂੰ ਖੁਸ਼ ਰੱਖੇ ਔਰ ਸਾਡਾ ਸ਼ੋਅ ਦੇਖਦੇ ਰਹਿਣ, ਸ਼ੋਅ ਦੇਖਦੇ ਰਹਿਣਗੇ ਫਿਰ ਖੁਸ਼ ਰਹਿਣਗੇ। ਹਾਂਜੀ ਹਾਂਜੀ, ਬੋਲੋ। ਸਾਡੇ ਵੱਲੋਂ ਵੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਥੈਂਕ ਯੂ ਸੋ ਮਚ, ਇੱਦਾਂ ਹੀ ਦੇਖਦੇ ਰਹਿਣਾ ਸ਼ੋਅ, ਸ਼ੁਕਰੀਆ ਜੀ। ਵਾਹ ਜੀ ਵਾਹ, ਬਾਰੀ ਬਰਜੀ ਕੱਟਣ ਗਈ ਸੀ, ਬਾਰੀ ਬਰਜੀ ਕੱਟਣ ਗਈ ਸੀ, ਕੱਟਣ ਗਈ ਸੀ ਕਾਰ ਮੈਂ। ਵਾਹ ਵਾਹ, ਲਿਫਟ ਕੇ ਲੈ ਕੇ? ਹਾਂਜੀ ਸਰ, ਲਿਫਟ ਲੈ ਕੇ। ਨਹੀਂ ਸਰ, ਕਾਰ 'ਚ ਲਿਫਟ ਕੌਣ ਦਿੰਦਾ? ਲਿਫਟ ਤਾਂ ਸਰ ਲਿਫਟ 'ਚ, ਉਹ ਬਿਲਡਿੰਗ 'ਚ ਲੱਗੀ ਹੁੰਦੀ ਸਰ। ਪੁੱਤਰ, ਦੁਨੀਆ 'ਚ ਕੋਈ ਲਿਫਟ ਨਹੀਂ ਹੁੰਦੀ, ਕਾਰ ਦਾ ਵੀ ਜੇ ਕੋਈ ਬੰਦਾ ਤੁਹਾਨੂੰ ਕਿਸੇ ਜਗ੍ਹਾ ਤੇ ਡ੍ਰੌਪ ਕਰਦੇ ਉਹਨੂੰ ਵੀ ਲਿਫਟ ਹੀ ਕਹਿੰਦੇ? ਅੱਜ ਕੱਲ ਨਹੀਂ ਦਿੰਦਾ ਕੋਈ ਲਿਫਟ 'ਚ, ਲੱਗੇ ਬਟਨ ਵਰਗਾ ਮੂੰਹ ਹੈ ਤੇਰਾ, ਚੌਥਾ ਨੰਬਰ ਜਿਹੜੇ ਲਿਫਟ ਕੋਈ ਦਿੰਦਾ ਸਰ ਉਹਦੇ 'ਚ ਬਟਨ ਨਹੀਂ। ਹੈਲੋ ਪੁਲਿਸ ਸਰ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਸਰ, ਕੀ ਹਾਲ ਚਾਲ ਹੈ ਜੀ? ਹਾਂਜੀ ਠੀਕ ਹੈ ਮਹਾਰਾਜ, ਪੱਲਾ ਵਾ ਮੈਂ। ਵਾਹ ਜੀ ਵਾਹ, ਪੱਲਾ ਸਾਹਿਬ ਕਿੱਦਾਂ ਸਿਹਤਾਂ?
ਬਹੁਤ ਠੀਕ ਆ ਜੀ, ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ। ਵਾਹ ਵਾਹ, ਬਸ ਅੱਜ ਛੁੱਟੀ ਆ ਤੇ ਅੱਜ ਹੁਣ ਸੌਣ ਦਾ ਟਾਈਮ ਆ ਤੇ ਮੈਂ ਚਲੋ ਪਹਿਲਾਂ ਹੀ ਹਾਜ਼ਰੀ ਲਵਾ ਦਈਏ, ਪ੍ਰੋਗਰਾਮ ਪੂਰਾ ਸੌਣ ਲਈ। ਸ਼ੁਕਰੀਆ ਜੀ, ਸ਼ੁਕਰੀਆ ਸ਼ੁਕਰੀਆ। ਜਿਹੜੀ ਛੁੱਟੀ ਲਈ ਆ ਤੁਸੀਂ, ਲਈ ਕਿੱਥੋਂ? ਨਹੀਂ ਛੁੱਟੀ ਪਹਿਲੇ ਪੂਰੇ ਹਫ਼ਤੇ ਛੁੱਟੀ ਹੁੰਦੀ ਆ ਜਾਂਦੀ। ਪਹਿਲੀ ਗੱਲ ਤੇ ਛੁੱਟੀ ਹੁੰਦੀ ਨਹੀਂ, ਪਹਿਲੀ ਗੱਲ ਤੇ ਛੁੱਟੀ ਹੁੰਦੀ ਨਹੀਂ। ਛੁੱਟੀ ਹੁੰਦਾ ਛੁੱਟੀ ਹੋਇਆ ਕਿ ਮਤਲਬ ਸਕੂਲੋਂ ਵੀ ਛੁੱਟ ਵੱਟ ਕੇ ਛੁੱਟੀ ਕਰ ਲਈ ਅੱਗੇ ਜਾ ਕੇ ਸਕੂਟੀ ਕਰ ਲਈ। ਛੁੱਟੀ ਐਤਵਾਰ ਨੂੰ ਹੁੰਦੀ, ਇਹਨੂੰ ਕਿਹਾ? ਤੁਹਾਨੂੰ ਪੱਲਾ ਸਾਹਿਬ ਅਸੀਂ ਕਹਿ ਗਏ, ਕਿਉਂ ਮਤਲਬ ਲੜਾਈ ਲੈਣੀ ਮੁੱਲ? ਨਹੀਂ ਤੂੰ ਲੜਾਈ ਪਹਿਲਾਂ ਬੰਦ ਤੁਹਾਡੇ ਨਾਲ ਜਾਣ ਲਾ ਪਹਿਲਾਂ ਲੈ ਗਿਆ ਹੈ। ਚਲੋ ਉਹ ਐ ਨਹੀਂ ਮੇਰੇ ਆਪਣੇ ਭਾਜੀ ਵੈਰੀ ਵੈਰੀ ਸੋਰੀ, ਤੁਹਾਡਾ ਪ੍ਰੋਗਰਾਮ ਬਹੁਤ ਵੈਰੀ ਨਾਈਸ, ਮੈਂ ਕਹਿੰਦਾ ਸੌਣ ਲੱਗਾ ਸੀ। ਅਰੇ ਥੈਂਕ ਯੂ ਭਾਈ, ਸਾਰਾ ਦੇਖੀ ਦਾ। ਜੇ ਤੁਸੀਂ ਕਹੋ ਤੇ ਮੈਂ ਸੋਨੀ ਭਾਜੀ ਆਉਂਦੇ, ਜੇ ਤੁਸੀਂ ਕਹੋ ਤੇ ਲਵ ਯੂ ਨੂੰ ਲੋਰੀ ਵੀ ਆਉਂਦੀ ਹੋ, ਸੁਣਾ ਸਕਦੀ ਤੁਹਾਨੂੰ। ਲੱਲਾ ਲੱਲਾ ਲੋਰੀ ਦੂਧ ਕੀ ਕਟੋਰੀ। ਜਵਾਕ ਛੱਡਣੇ ਸਕੂਲ ਉਹ ਵੀ ਮੇਰੇ ਜੁਮੇ ਲਾ ਦੇਣੇ। ਮੈਂ ਛੁੱਟੀ ਹੁੰਦਿਆਂ ਵੀ ਕੰਮ ਕਰੀ ਜਾਣਾ, ਤੇ ਆਪਣਾ ਉਹਦਾ ਗਾਣਾ ਸੀ ਨਾ, ਫਿਰ ਕੀ ਕੱਲ ਸੁਣਾ ਦਿਓ ਜੀ। ਹਾਂ ਕੋਈ ਨੀ, ਕੱਲ ਯਾਦ ਕਰਕੇ ਸੁਣਾ ਦਿਓ ਪੱਲਾ ਸਾਹਿਬ। ਹਾਂ ਨਹੀਂ ਨਹੀਂ, ਬਸ ਯਾਦ ਆ ਗਿਆ ਕਹਿੰਦਾ ਮੈਂ ਛੁੱਟੀ ਹੁੰਦਿਆਂ ਵੀ ਕੰਮ ਕਰੀ ਜਾਣਾ, ਤੂੰ ਹੋਰ ਦੱਸ ਕੀ ਭਾਲਦੀ? ਅੱਧੀ ਕਿੱਕ ਤੇ ਸਟਾਟਾ ਚਾ, ਉਹ ਵਾਲੇ ਗਾਣੇ ਨਾ। ਠੀਕ ਆ ਠੀਕ ਆ, ਮੈਂ ਹੋਰ ਦੱਸ ਕੀ ਫਲਦੀ। ਵਾਹ ਜੀ ਵਾਹ, ਵਾਹ ਜੀ ਵਾਹ, ਚਲੋ ਬਹੁਤ ਵਧੀਆ ਜੀ। ਤੁਸੀਂ ਤਾਂ ਕਮਰੇ ਚ ਰੇਸਾਂ ਦੇਣ ਲੱਗ ਗਏ ਹੋ ਜਾਮੇ ਨੂੰ। ਕੋਈ ਗੱਲ ਨੀ, ਕੋਈ ਗੱਲ ਨੀ ਜੀ, ਕੋਈ ਗੱਲ ਨੀ ਸਰ, ਅੱਛੀ ਗੱਲ ਆ, ਤੁਸੀਂ ਇੰਜੋਏ ਕਰੋ ਸ਼ੋਅ ਦਾ।